सर्ब बैकुंठ मुक्त मोख पाए, एक निमख हर के गुण गाए। सर्व बैकुंठ मोख मुक्त पाए, सर्व बैकुंठ है, जिन्या बैकुंठ है ना, कई हुई ने ना, तो सारिया कठिया पा लिया। ठीक है जी, सारिया मुक्ति, सर्व बैकुंठ है, सारे मुक्तियां ते मोख पा लिया जी, सारिया मुक्तियां सारिया मोखा च बच्चे ही आ गया, सब कुछ पा लिया, उन्होंने बहुत कुछ लिखा है। ठीक है, एक निमख हर के गुण गाए, बस जी ने हर के गुण गाए। ठीक है जी, ओ सारिया सब कुछ गुरु मिल गया, कुछ बचिया ही नहीं। ठीक है जी, मत्ती देवी देवर श्रेष्ठ होगी है जी। हाँ, सगल परिवार माहे श्रेष्ठ, हाँ जी, सारे परिवार च श्रेष्ठ हो गया। ठीक है जी, मत्ती देवी देवर जे सुन जे पूरा सारा सब तो वड्डा वर मिल गया। ठीक है जी, अनेक राज भोग बड़ियाई, हर के नाम की कथा मन पाई। अनेक राज, अनेक प्रकार का राज मिल गया, एक प्रकार का राज नहीं मिलिया, अनेक प्रकार का मिल गया राज, आजा एक प्रकार के राज में लड़ी। इना मतलब बुद्धि अनेक राज बहुत प्रकार का, सारी प्रकार का राज लैण की गल गुरु करता है। तुसी बह गए कौम वांगू, बहुता सियाणा कौम गंदगी ते बह गए जाके, ऐसा गंदगी का ढेर राज है जेड़ा। ठीक है जी, चिंता का घाट है। भोग वड़ियाई, अनेक राज भोग वड़ियाई, हां जी, छत्ता ओते अकल वाले ने छड़ दिता, पंडित दे चेले जो हो गए, बामन ने फूक मार दी गल च, ओदे मगर लग ले। ठीक है जी, हर के नाम की कथा मन पाई, हर के नाम की गई या कथा है गुरबाणी जी ने मन नू पा गई, ਉਹਨਾਂ ਦਾ ਬਹੁਤ ਪ੍ਰਕਾਰ ਦੇ ਰਾਜ ਮਿਲ ਗਏ, ਯੋਗ ਮਿਲ ਗਿਆ, ਵਡਿਆਈ ਮਿਲ ਗਈ। ਠੀਕ ਹੈ ਜੀ, ਹਾਂਜੀ, ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਬਹੁ ਭੋਜਨ, ਭੋਜਨ ਅਨੰਤ ਪ੍ਰਕਾਰ ਦੇ, ਕੱਪੜੇ ਅਨੰਤ ਪ੍ਰਕਾਰ ਦੇ, ਸੰਗੀਤ ਅਨੰਤ ਪ੍ਰਕਾਰ ਦਾ। ਦੇਖੋ ਗੁਰਬਾਣੀ ਚ ਕਿੰਨਾ ਸੰਗੀਤ ਹੈ, ਇਹ ਕਿੱਥੋਂ ਮਿਲੇ ਨੇ? ਸੱਚ ਖਾਣਾ, ਸੱਚ ਪਹਿਣਾ, ਭੋਜਨ। ਠੀਕ ਹੈ ਜੀ, ਇਹਦਾ ਪਤਾ ਭੋਜਨ ਕੀ ਹੈ, ਸੱਚ ਪਹਿਲਾਂ ਤਾਂ ਉਹ ਵਧੀਆ ਕੱਪੜਾ ਕੀ ਹੈ। ਠੀਕ ਹੈ ਜੀ, ਹਾਂ ਠੀਕ ਹੈ ਜੀ, ਰਸਨਾ ਜਪਦੀ ਹਰ ਹਰ ਨੀਤ, ਜਿਹੜੀ ਰਸਨਾ ਹਰ ਹਰ ਨੀਤ ਜਪਦੀ ਹੈ ਗੁਰਬਾਣੀ ਨੂੰ, ਉਹ ਤਾਂ ਹੋਰ ਤਰ੍ਹਾਂ ਦਾ ਉਹਦਾ, ਉਹਨੂੰ ਇਹਨਾਂ ਕੱਪੜਿਆਂ ਦੀ ਵਾਰਾਂ ਦੀ ਲੋੜ ਕੀ ਹੈ, ਵਾਰ ਵਾਲਿਆਂ ਕੱਪੜਿਆਂ ਦੀ ਲੋੜ ਹੈ, ਲਾਸ਼ ਨੂੰ ਵਾਰਨੇ ਨੂੰ। ਠੀਕ ਹੈ, ਆਤਮਾ ਨੂੰ ਕੀ ਲੋੜ ਹੈ ਕੱਪੜੇ ਦੀ ਬਾਹਲੇ ਦੀ। ਠੀਕ ਹੈ ਜੀ, ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ। ਭਲੀ ਸੋ ਕਰਨੀ ਸੋਭਾ ਧਨਵੰਤ, ਉਹਦੀ ਕਰਨੀ ਬਹੁਤ ਭਲੀ ਹੈ, ਲੋਕਾਂ ਦਾ ਭਲਾ ਕਰਨ ਵਾਲੀ ਹੈ, ਆਪਣਾ ਵੀ ਭਲਾ ਕਰਨ ਵਾਲੀ ਹੈ। ਸੋਭਾ ਧਨਵੰਤ, ਧਨਵੰਤ ਹੋਣ ਕਰਕੇ ਉਹਦੀ ਸੋਭਾ ਵੀ ਹੈ, ਗਿਆਨਵਾਨ ਹੋਣ ਕਰਕੇ ਸੋਭਾ ਹੈ। ਕਰਨੀ ਸੋਭਾ ਧਨਵੰਤ, ਧਨਵੰਤ ਹੈ ਇਸ ਕਰਕੇ ਸੋਭਾ। ਠੀਕ ਹੈ ਜੀ, ਹਿਰਦੇ ਬਸੇ ਪੂਰਨ ਗੁਰਮੰਤ, ਜਿਹਦੇ ਹਿਰਦੇ ਚ ਪੂਰਾ ਗੁਰਬਾਣੀ ਦਾ ਜਿਹੜਾ ਹੈ ਨਾ ਉਪਦੇਸ਼ ਬਸ ਜਾਵੇ, ਗੁਰਬਾਣੀ ਦਾ ਉਪਦੇਸ਼ ਜਿਹੜਾ ਹਿਰਦੇ ਚ ਵਸਾ ਲਵੇ, ਉਹਦੀ ਕਰਨੀ ਭਲੀ ਹੋ ਜਾਂਦੀ ਹੈ, ਸੋਭਾ ਬੰਤ ਹੋ ਜਾਂਦਾ। ਹਾਂਜੀ, ਸਾਧ ਸੰਗੀ ਪ੍ਰਭ ਦੇਹ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਸਾਧ ਸੰਗ ਨਿਵਾਸ ਹੋ ਜਾਂਦਾ, ਪ੍ਰਭ ਦੇਹ ਨਿਵਾਸ। ਠੀਕ ਹੈ ਜੀ, ਸਰਬ ਸੁਖ ਨਾਨਕ ਗੁਣਤਾਸ, ਨਾਨਕ ਪ੍ਰਗਾਸ, ਸਰਬ ਸੁਖ ਨਾਨਕ ਪ੍ਰਗਾਸ, ਸਾਰੇ ਸੁਖ ਮਿਲ ਜਾਂਦੇ ਨੇ ਉਹਦੇ ਅੰਦਰ, ਪ੍ਰਗਾਸ਼ ਹੋ ਜਾਂਦਾ, ਗਿਆਨ ਦਾ ਪ੍ਰਗਾਸ਼ ਹੁੰਦਾ, ਸਾਰੇ ਸੁਖ ਹੁੰਦੇ ਨੇ ਪ੍ਰਗਾਸ਼ ਚ, ਸਾਰੇ ਸੁਖ ਨੇ। ਐਸਾ ਚਾਨਣ ਹੁੰਦਾ ਅੰਦਰ, ਭਰਮ ਰਹਿੰਦਾ ਹੀ ਨੀ, ਸ਼ੰਕਾ ਕੋਈ ਰਹਿੰਦੀ ਹੋਈ ਨੀ, ਸਾਰੇ ਸੁਖੇ ਸੁਖ ਨੇ। ਹਾਂਜੀ, ਸਾਧ ਸੰਗੀ ਪ੍ਰਭ ਦੇ ਨਿਵਾਸ ਤੋਂ ਕੀ ਭਾਵ ਬਣਦਾ ਜੀ, ਵੀ ਜੇ ਸਾਧ ਕੇ ਸੰਗ ਜੁੜ ਗਈ, ਇਹ ਆਪਣੇ ਅੰਤਰ ਆਤਮਾ ਨਾਲ ਜੁੜਿਆ ਰਹਿੰਦਾ,
ਉਹਨੇ ਸਾਧਿਆ ਹੋਇਆ ਆਪਣੇ ਮੂਲ ਨਾਲ ਜੁੜਿਆ ਰਹਿੰਦਾ ਜਦ ਫਿਰ ਅੰਦਰ ਚਾਨਣਾ ਰਹਿੰਦਾ ਚਾਨਣਾ ਰਹਿੰਦਾ ਸੁੱਕ ਕੇ ਰਹਿੰਦਾ ਠੀਕ ਹੈ ਇਹਦੇ ਬਾਰੇ ਦੱਸੋ ਥੋੜਾ ਹਿਰਦੇ ਬਸੇ ਪੂਰਨ ਗੁਰਮੰਤ ਕਿਉਂਕਿ ਆਪਣੀ ਅਸ਼ਟਪਦੀ ਸਮਾਪਤ ਹੋ ਗਈ ਹੈ 20ਵੀਂ ਇਹ ਗੁਰਮੰਤ ਦੇ ਵਿੱਚ ਹਿਰਦੇ ਦੇ ਵਿੱਚ ਗੁਰਬਾਣੀ ਗੁਰਮੰਤ ਹੈ ਠੀਕ ਹੈ ਜੀ ਪਰ ਉਹ ਗੁਰਬਾਣੀ ਮਹਾਂਪੁਰਖ ਕੀ ਠੀਕ ਹੈ ਕਿਉਂਕਿ ਉਦਾਹਰਨ ਇਹ ਜਿਹੜੀ ਗੁਰਬਾਣੀ ਹੈ ਗੁਰਮੰਤ ਹੈ ਗੁਰਬਾਣੀ ਹੈ ਗੁਰਮੰਤ ਹੈ ਮੰਤਰ ਹੈ ਇਹ ਵਾਹਿਗੁਰੂ ਗੁਰਮੰਤਰ ਹੈ ਉਥੋਂ ਭੁਲੇਖਾ ਬਹੁਤ ਪੈਂਦਾ ਲੋਕਾਂ ਨੂੰ ਉਹ ਚਲੋ ਪੰਡਿਤ ਦੀਆਂ ਲਿਖੀਆਂ ਹੋਈਆਂ ਨੇ ਕਹਿੰਦੇ ਭਾਈ ਗੁਰਦਾਸ ਦੀਆਂ ਨੀ ਲਿਖੀਆਂ ਹੋਈਆਂ ਉਹਦਾ ਨਾਮ ਮੜਿਆ ਹੋਇਆ ਨੇ ਅੱਛਾ ਜੀ ਭਾਈ ਗੁਰਦਾਸ ਨੇ ਕੋਈ ਬਾਤ ਨੀ ਲਿਖੀ ਭਾਈ ਗੁਰਦਾਸ ਹੈ ਜੀ ਥਰਡ ਕਲਾਸ 12 ਦੀ ਸੀ ਲਿਖ ਸਕਦਾ ਗੁਰਬਾਣੀ ਤੋਂ ਉਲਟ ਨੇ ਸਾਰਾ ਕੁਝ ਉਹਦੇ ਚ ਅੱਛਾ ਜੀ ਗੁਰਬਾਣੀ ਨਾਲ ਵੇਲੇ ਨੀ ਖਾਂਦੀ ਕੋਈ ਗੱਲ ਨਹੀਂ ਤਾਂ ਭਾਈ ਗੁਰਦਾਸ ਕਿਵੇਂ ਲਿਖ ਦਿੰਦਾ ਇਹ ਗੱਲਾਂ ਨਾਲੇ ਉਸ ਵੇਲੇ ਤਾਂ ਬੋਲੀ ਹੋਣੀ ਹੈ ਅੱਛਾ ਜੀ ਆਪੇ ਮੰਨਦੇ ਨੇ ਚਾਰ ਭਾਈ ਗੁਰਦਾਸ ਨੇ ਹੁਣ ਬੰਦਣ ਲੱਗ ਗਏ ਠੀਕ ਹੈ ਜੀ ਝੂਠੇ ਦਾ ਜਾਂ ਝੂਠ ਖੁੱਲਣ ਲੱਗਦਾ ਜਾਂ ਝੂਠ ਲੰਗਾ ਹੋਣ ਲੱਗਦਾ ਫਿਰ ਉਹ ਪੈਤਰੇ ਬਦਲਦੇ ਨੇ ਉਹਨੇ ਮੰਨਦੇ ਨੇ ਚਾਲ ਨੇ ਭਾਈ ਗੁਰਦਾਸ ਇੱਕ ਤਾਂ ਬਾਣੀ ਹੈ ਉਹ ਵਾਹ ਵਾਹ ਗੋਬਿੰਦ ਸਿੰਘ ਆਪੇ ਕੋ ਚੇਲਾ ਉਹ ਨਾਲ ਫਿਰ ਭਾਈ ਗੁਰਦਾਸ ਦਾ ਤਾਂ ਨਾਮ ਹੀ ਨੀ ਕਿਸੇ ਬਾਰ ਚ ਹੈ ਠੀਕ ਹੈ ਜਿਹੜੇ ਕਵਿਤ ਹੈ ਉਹ ਜਿਹਦੀ ਗੁਰਬਾਣੀ ਲਿਖੀ ਗਈ ਹੈ ਉਹਨਾਂ ਨਾਮ ਤੇ ਨਹੀਂ ਲਿਖੀ ਗਈ ਕੋਈ ਵੀ ਠੀਕ ਹੈ ਜੀ ਤੇ ਜਿਹੜੇ ਕਵਿਤ ਹੈ ਉਹ ਵੀ ਠੀਕ ਨਹੀਂ ਹੈ ਕਵਿਤ ਵੀ ਨਹੀਂ ਹੈ ਠੀਕ ਕਵਿਤ ਤਾਂ ਉਹ ਆਪੇ ਨੀ ਮੰਨਦੇ ਠੀਕ ਜਿਹੜੇ ਪਹਿਲਾਂ ਕਹਿੰਦੇ ਤੇ ਕਵਿਤ ਤਾਂ ਕਵਿਤਾ ਨੇ ਤਾਂ ਮੂਰਤੀਆਂ ਹੀ ਲੈਂਦੀਆਂ ਨੇ ਉਸ ਵੇਲੇ ਦੀਆਂ ਜਾਂ ਮੂਰਤੀਆਂ ਆਈਆਂ ਨੇ ਡੋਗਰਿਆਂ ਨੇ ਲਿਖਾਈਆਂ ਨੇ 12 ਇਹ ਕਿਸੇ ਪੱਟ ਤੇ ਲਿਖੀਆਂ ਪੱਟਦੀਆਂ ਨੇ 12 ਲਿਖਾਈਆਂ ਡੋਗਰਿਆਂ ਨੇ ਉਸ ਵੇਲੇ ਲਿਖਾਈਆਂ ਨੇ ਉਸ ਵੇਲੇ ਟੀਕਾ ਹੋਇਆ ਠੀਕ ਹੈ ਰੋਸਮ ਦਾ ਟੀਕੇ ਦੇ ਵਿੱਚ ਜਿਹੜਾ ਲਿਖਿਆ ਨਾ ਕਬਾਓ ਉਹੀ ਕਬਾਓ ਲਫ਼ਜ਼ ਇੱਧਰ ਵਰਤਿਆ ਹੋਇਆ 12 ਅੱਛਾ ਜਦਕਿ ਕਬਾਓ ਨਾਮ ਦਾ ਕੋਈ ਸ਼ਬਦ ਹੀ ਨਹੀਂ ਹੈ ਬਾਓ ਹੈ ਕਬਾਓ ਤਾਂ ਹੈ ਪਰ ਕਬਾਓ ਨੀ ਹੈ ਨਾ ਜੀ ਕਬਾਓ ਤਾਂ ਲਫ਼ਜ਼ ਨਹੀਂ ਹੈ ਕੋਈ ਵਾਓ ਹੈ ਇੱਕ ਕਬਾਓ ਹੈ ਅੱਛਾ ਜੀ ਕੱਕਾ ਇੱਧਰ ਕੱਕਾ ਉਹਦਾ ਲਾਤਾ ਤੋੜ ਕੇ ਕੀਤਾ ਪਸਾਓ ਇੱਕ ਕੱਕ ਵਾਓ ਕੇਵਲ ਇੱਕ ਹਵਾ ਨਾਲ ਪਸਾਓ ਕੀਤਾ ਏਕੋ ਏਕ ਤੋਂ ਏਕ ਕੱਕ ਲਾਗੂ ਬਣਿਆ ਹੋਇਆ ਅੱਛਾ ਜੀ ਸੰਧੀ ਹੋ ਕੇ ਇਹਨਾਂ ਨੂੰ ਤਾਂ ਇੰਨਾ ਪਤਾ ਹੀ ਨਹੀਂ ਹੈ ਵਿਦਵਾਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਊਟ ਪਟਾਂਗ ਫੜੀ ਜਾਂਦੇ ਨੇ ਨਾ ਇਹਨਾਂ ਨੂੰ ਅਰਥ ਦਾ ਮਤਲਬ ਹੈ ਕੋਈ ਅਰਥ ਬਣਿਆ ਨਾ ਬਣਿਆ ਜੁੜਿਆ ਨਾ ਜੁੜਿਆ ਇਹਨਾਂ ਨੇ ਕੀ ਲੈਣਾ ਜੋੜ ਕੇ ਠੀਕ ਹੈ ਜੀ ਨਾ ਇਹਨਾਂ ਨੂੰ ਵਿਚਾਰ ਧਾਰਾ ਦਾ ਖਿਆਲ ਹੈ ਵੀ ਸਾਡੀ ਧਾਰਾ ਵੀ ਠੀਕ ਰਹੇਗੀ ਕਿ ਧਾਰਾ ਕੁਛ ਇਧਰ ਨੂੰ ਚਲੀ ਗਈ ਕੁਛ ਇਧਰ ਨੂੰ ਚਲਿਆ ਗਿਆ ਪਾਣੀ ਦੇ ਚਾਰੇ ਪਾਸੇ ਫੈਲਿਆ ਪਿਆ ਇਹਨਾਂ ਦਾ ਅਰਥ ਆਪਾਂ ਵਿਰੋਧੀ ਨੇ ਹਾਂਜੀ ਠੀਕ ਹੈ ਜੀ ਇੱਥੇ ਸਮਾਪਤੀ ਹੈਗੀ ਜੀ 20ਵੀਂ ਅਸ਼ਟਪਦੀ ਦੀ